नेक्स्ट ਸਾਡਾ ਟੌਪਿਕ ਹੈ ਜੀ ਦੈਟ ਇਜ਼ ਪ੍ਰੋਸੈਸ ਪ੍ਰੋਸੈਸ ਕਿਨੂੰ ਆਖਦੇ ਆ ਕਹਿੰਦਾ ਵੈਨ ਅ ਸਿਸਟਮ ਚੇਂਜਸ ਇਟਸ ਸਟੇਟ ਫਰੋਮ ਵਨ ਇਕੁਲੀਬ੍ਰੀਅਮ ਸਟੇਟ ਟੂ ਅਨਦਰ ਇਕੁਲੀਬ੍ਰੀਅਮ ਸਟੇਟ ਦੈਨ ਦ ਪਾਥ ਆਫ ਸਕਸੈਸਿਵ ਸਟੇਟ ਥਰੂਜ਼ ਵਿਚ ਦ ਸਿਸਟਮ ਪਾਸਿਸ ਇਜ਼ ਨੋਨ ਐਸ ਥਰਮੋਡਾਇਨਮਿਕ ਸਿਸਟਮ ਕਿ ਜਦੋਂ ਕਿਸੇ ਵੀ ਸਿਸਟਮ ਦੇ ਅੰਦਰ ਅਸੀਂ ਕੋਈ ਚੇਂਜ ਲੈ ਕੇ ਆਉਂਦੇ ਹਾਂ ਕੋਈ ਉਸਦੇ ਅੰਦਰ ਇੱਕ ਸਟੇਟ ਤੋਂ ਦੂਸਰੀ ਸਟੇਟ ਵਿੱਚ ਕੋਈ ਚੇਂਜ ਹੁੰਦਾ ਹੈ ਜਿਵੇਂ ਕਿ ਅਸੀਂ ਨੀਚੇ ਇੱਕ ਡਾਇਗਰਾਮ ਦੇ ਥਰੂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿਵੇਂ ਤੁਸੀਂ ਇਸ ਉੱਥੇ ਦੋ ਡਾਇਗਰਾਮ ਦੇਖਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਤੁਹਾਡੇ ਕੋਲ ਦੋ ਡਾਇਗਰਾਮ ਸਾਹਮਣੇ ਆ ਰਹੇ ਆ ਇੱਕ ਦੇ ਨੀਚੇ ਲਿਖਿਆ ਹੋਇਆ ਦੈਟ ਇਜ਼ ਰਿਵਰਸੀਬਲ ਪ੍ਰੋਸੈਸ ਇੱਕ ਦੇ ਵਿੱਚ ਇਰਰਿਵਰਸੀਬਲ ਪ੍ਰੋਸੈਸ ਇਹ ਤੇ ਥੋੜਾ ਜਿਹਾ ਲੇਟਰ ਔਨ ਡਿਸਕਸ ਕਰਦੇ ਹਾਂ ਪਹਿਲਾਂ ਹੁਣ ਪ੍ਰੋਸੈਸ ਨੂੰ ਪਹਿਲਾਂ ਸਮਝ ਲਈਏ ਕਿ ਸਪੋਜ਼ ਕਿਸੇ ਵੀ ਪ੍ਰੋਸੈਸ ਦੇ ਵਿੱਚ ਜਾਂ ਕਿਸੇ ਵੀ ਇੱਕ ਕੰਮ ਕਰਨ ਦੇ ਦੌਰਾਨ ਜਿਵੇਂ ਪਿਸਟਨ ਸਿਲੰਡਰ ਅਰੇਂਜਮੈਂਟ ਹੈ ਪਿਸਟਨ ਜਦੋਂ ਬੀਡੀਸੀ ਤੋਂ ਟੀਡੀਸੀ ਮੂਵ ਕਰੇਗਾ ਜਾਂ ਟੀਡੀਸੀ ਤੋਂ ਬੀਡੀਸੀ ਮੂਵ ਕਰੇਗਾ ਤਾਂ ਉਸ ਦੌਰਾਨ ਸਾਡੇ ਕੋਲ ਇਸ ਪੁਆਇੰਟ ਨੰਬਰ 1 ਤੋਂ ਲੈ ਕੇ ਪੁਆਇੰਟ ਨੰਬਰ 2 ਤੱਕ ਜੋ ਸਕਸੈਸਿਵ ਪੁਆਇੰਟਸ ਨੇ ਇਹਨਾਂ ਦੇ ਵਿੱਚ ਇਕੁਲੀਬ੍ਰੀਅਮ ਸਟੇਟਸ ਨੂੰ ਦਰਸਾਇਆ ਗਿਆ ਹੈ ਕਿ ਕਿਸੇ ਵੀ ਜਗ੍ਹਾ ਦੇ ਉੱਤੇ ਜਦੋਂ ਅਸੀਂ ਕਿਸੇ ਵੀ ਪੁਆਇੰਟ ਦੇ ਉੱਤੇ ਜਦੋਂ ਉਸ ਦੀਆਂ ਪ੍ਰੋਪਰਟੀਜ਼ ਦੇਖਾਂਗੇ ਤਾਂ ਉਹ ਇੱਕ ਸਟੇਬਲਡ ਫਾਰਮ ਦੇ ਵਿੱਚ ਹੋਣਗੀਆਂ ਇਕੁਲੀਬ੍ਰੀਅਮ ਫਾਰਮ ਦੇ ਵਿੱਚ ਹੋਣਗੀਆਂ ਤਾਂ ਇਸੇ ਤਰੀਕੇ ਦੇ ਨਾਲ ਹੀ ਅਸੀਂ ਦੇਖਦੇ ਹਾਂ ਕਿ ਜਦੋਂ ਕਿ ਸਕਸੈਸਿਵ ਪੁਆਇੰਟਸ ਨੂੰ ਅਚੀਵ ਕਰਦੇ ਹੋਏ ਕੋਈ ਵੀ ਇੱਕ ਪ੍ਰੋਸੈਸ ਇੱਕ ਪੁਆਇੰਟ ਤੋਂ ਦੂਸਰੇ ਪੁਆਇੰਟ ਤੱਕ ਪਹੁੰਚਦੀ ਹੈ ਤਾਂ ਉਸ ਨੂੰ ਅਸੀਂ ਪ੍ਰੋਸੈਸ ਆਖਦੇ ਹਾਂ ਸੋ ਇਸ ਪ੍ਰੋਸੈਸ ਨੂੰ ਫਰਦਰ ਅੱਗੇ ਦੋ ਤਰੀਕਿਆਂ ਦੇ ਵਿੱਚ ਦੋ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਗਿਆ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਰਿਵਰਸੀਬਲ ਪ੍ਰੋਸੈਸ ਜਿਵੇਂ ਕਿ ਅਸੀਂ ਪਹਿਲਾਂ ਡਾਇਗਰਾਮ ਵੀ ਦੇਖਿਆ ਸੀਗਾ ਕਿ ਸਾਡੇ ਕੋਲ ਰਿਵਰਸੀਬਲ ਪ੍ਰੋਸੈਸ ਦਾ ਹੈ ਤਾਂ ਪਹਿਲੀ ਗੱਲ ਇਹ ਚੀਜ਼ ਆ ਜਾਂਦੀ ਹੈ ਕਿ ਰਿਵਰਸੀਬਲ ਪ੍ਰੋਸੈਸ ਅਸੀਂ ਕਿਸ ਨੂੰ ਕਹਿੰਦੇ ਹਾਂ ਤਾਂ ਅ ਪ੍ਰੋਸੈਸ ਵਿਚ ਕੈਨ ਬੀ ਰਿਵਰਸਡ ਇਨ ਦ ਡਾਇਰੈਕਸ਼ਨ ਐਂਡ ਦ ਸਿਸਟਮ ਰੀਟਰੇਸਿਸ ਦਾ ਸੇਮ ਪਾਥ ਐਂਡ ਦ ਸੇਮ ਇਕੁਲੀਬ੍ਰੀਅਮ ਸਟੇਟਸ ਇਜ਼ ਨੋਨ ਐਸ ਰਿਵਰਸੀਬਲ ਪ੍ਰੋਸੈਸ ਕਹਿਣ ਦਾ ਮਤਲਬ ਕਿ ਜਦੋਂ ਕੋਈ ਪ੍ਰੋਸੈਸ ਇੱਕ ਵਾਰੀ ਇੱਕ ਪੁਆਇੰਟ ਤੋਂ ਦੂਸਰੇ ਪੁਆਇੰਟ ਵੱਲ ਸੇਮ ਕੋਈ ਪਾਰਟਸ ਤੋਂ ਜਾਂ ਸੇਮ ਡੋਟਸ ਨੂੰ ਫੋਲੋ ਕਰਦੇ ਹੋਏ ਸੈਕਿੰਡ ਪੁਆਇੰਟ ਤੇ ਪਹੁੰਚੀ ਔਰ ਜਦੋਂ ਉਹਨੇ ਵਾਪਸ ਫਸਟ ਪੁਆਇੰਟ ਤੇ ਆਉਣਾ ਹੈ ਤਾਂ ਉਹ ਸੇਮ ਪਾਥ ਹੀ ਫੋਲੋ ਕਰਕੇ ਰੀਟਰੇਸ ਕਰਕੇ ਆਪਣੀ ਓਰਿਜਨਲ ਪੋਜੀਸ਼ਨ ਤੇ ਵਾਪਸ ਆਵੇ ਤਾਂ ਉਸ ਤਰ੍ਹਾਂ ਦੀ ਪ੍ਰੋਸੈਸ ਨੂੰ ਅਸੀਂ ਰਿਵਰਸੀਬਲ ਪ੍ਰੋਸੈਸ ਆਖਦੇ ਹਾਂ ਪਰ ਇਸ ਦੇ ਉਲਟ ਦੂਸਰੀ ਪ੍ਰੋਸੈਸ ਆਉਂਦੀ ਹੈ ਸਾਡੇ ਕੋਲ ਦੈਟ ਇਜ਼ ਇਰਰਿਵਰਸੀਬਲ ਪ੍ਰੋਸੈਸ ਤਾਂ ਇਰਰਿਵਰਸੀਬਲ ਪ੍ਰੋਸੈਸ ਦੇ ਵਿੱਚ ਕੀ ਚੀਜ਼ ਹੈ ਕਿ ਉਹ ਪ੍ਰੋਸੈਸ ਜਿਹਦੇ ਵਿੱਚ ਸਾਡੇ ਕੋਲ ਸਿਸਟਮ ਪਾਸ ਕਰਦਾ ਹੋਵੇ ਸੀਕੁਐਂਸਿਸ ਆਫ ਨੋਨ ਇਕੁਲੀਬ੍ਰੀਅਮ ਸਟੇਟਸ ਦੇ ਥਰੂ ਇਟ ਕੈਨ ਨਾਟ ਕਮ ਬੈਕ ਟੂ ਦਾ ਓਰਿਜਨਲ ਸਟੇਟ ਇਫ ਮੇਡ ਟੂ ਪ੍ਰੋਸੀਡ ਇਨ ਦਾ ਰਿਵਰਸ ਡਾਇਰੈਕਸ਼ਨ ਕਹਿੰਦਾ ਕਿ ਜਿਵੇਂ ਇਹਨੂੰ ਹੁਣ ਡਾਇਗਰਾਮ ਦੀ ਹੈਲਪ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜਦੋਂ ਅਸੀਂ ਫਰਦਰ ਇੱਕ ਪ੍ਰੋਸੈਸ ਤੋਂ ਇੱਕ ਪੁਆਇੰਟ ਤੋਂ ਸਪੋਜ਼ ਜਿਵੇਂ ਇੱਥੇ ਹੁਣ ਤੁਹਾਡੇ ਕੋਲ ਸ਼ੋ ਹੋ ਰਿਹਾ ਕਿ ਅਸੀਂ ਇੱਕ ਪੁਆਇੰਟ ਤੋਂ ਸੈਕਿੰਡ ਪੁਆਇੰਟ ਵੱਲ ਨੂੰ ਗਏ ਫਾਰਵਰਡ ਡਾਇਰੈਕਸ਼ਨ ਦੇ ਵਿੱਚ ਪਰ ਜਦੋਂ ਉਹਨੇ ਬੈਕਵਰਡ ਡਾਇਰੈਕਸ਼ਨ ਦੇ ਵਿੱਚ ਵਾਪਸ ਜਾਣਾ ਸੀ ਤਾਂ ਅਗਰ ਇਹ ਪ੍ਰੋਸੈਸ ਰਿਵਰਸੀਬਲ ਹੁੰਦੀ ਤਾਂ ਉਹਨੇ ਇਸੇ ਹੀ ਪਾਥ ਨੂੰ ਫੋਲੋ ਕਰਦੇ ਹੋਏ ਇੱਕ ਪੁਆਇੰਟ ਤੇ ਪਹੁੰਚਣਾ ਸੀ ਬਟ ਹੁਣ ਕੀ ਹੋ ਰਿਹਾ ਤੁਸੀਂ ਦੇਖ ਰਹੇ ਹੋ ਕਿ ਇਹ ਇੱਕ ਪੁਆਇੰਟ ਤੇ ਨਾ ਪਹੁੰਚ ਕੇ ਇਹ ਪਹੁੰਚ ਰਹੀ ਹੈ ਵਾਪਸ 1- ਪੁਆਇੰਟ ਦੇ ਉੱਤੇ ਤਾਂ ਇਸ ਤਰੀਕੇ ਨਾਲ ਅਸੀਂ ਦੇਖ ਰਹੇ ਹਾਂ ਕਿ ਇਹ ਸਟੇਟਮੈਂਟ ਜੋ ਇੱਥੇ ਦਿੱਤੀ ਹੋਈ ਸੀ ਇਰਰਿਵਰਸੀਬਲ ਪ੍ਰੋਸੈਸ ਦੀ ਉਸ ਨੂੰ ਐਗਜੈਕਟਲੀ ਫੋਲੋ ਕਰ ਰਹੀ ਹੈ